ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਬੜਾ ਗੰਭੀਰ ਔਰ ਸਖਤ ਐਲਾਨ ਕੀਤਾ ਕਿ ਪੰਜਾਬ ਦੇ ਸਿਰ ਤੇ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਹੈ ਉਹ ਕਰਜ਼ਾ ਕਿਵੇਂ ਚੜਿਆ ਇਹਦੀ ਜਾਂਚ ਕਰਾਂਗੇ ਤੇ ਵਸੂਲੀ ਵੀ ਕਰਾਂਗੇ ਚੰਗਾ ਹੁੰਦਾ ਉਹ ਨਾਲ ਇਹ ਵੀ ਕਹਿੰਦੇ ਕਿ ਮੇਰੇ ਪੰਜਾਬ ਦਾ ਕਿਸਾਨ ਕਿਉਂ ਕਰਜ਼ਈਆ ਉਹਦੀ ਵੀ ਜਾਂਚ ਕਰਾਂਗੇ ਉਹਨੂੰ ਕਰਜ਼ੇ ਦੇ ਪੰਡ ਚੋਂ ਕਿਵੇਂ ਲਾਉਣਾ ਉਹਦੇ ਬਾਰੇ ਵੀ ਸੋਚਾਂਗੇ ਆ ਬਰੰਟ ਤਿਆਰ ਕਰਨ ਲਈ ਨਹੀਂ ਚੁਣੀ ਸਰਕਾਰ ਆਕਰੋ ਫੜੀ ਫੜੀ ਗ੍ਰਫਤਾਰੀਆਂ ਹੋ ਚੁੱਕੀਆਂ ਜੀ ਲਿਖਤੀ ਲਿਆ ਕਿਸਾਨਾਂ ਤੋਂ ਕਿ ਜਵਾਬ ਦਿਓ ਥੋੜਾ 11 ਲੱਖ ਦਾ ਕਰਜ਼ਾ ਥੋੜਾ 7 ਲੱਖ ਦਾ ਕਰਜ਼ਾ ਥੋੜਾ 5 ਲੱਖ ਦਾ ਕਰਜ਼ਾ ਲਿਖੇ ਦੇ ਜੋ ਕਿ ਭਾਈ 1 ਮਹੀਨੇ ਚ ਤਾਰੋਗੇ ਤਾਂ ਜਾਣ ਦੇਾਂਗੇ ਤਾਂ ਰਾਤ ਨੂੰ ਘਰਾਂ ਚ ਆਏ ਕਿਸਾਨ ਆਪਣੇ ਹੂੰ ਸੋ ਬਕਾਇਦਾ ਤੌਰ ਤੇ ਇਹ ਖਬਰ ਗਵਾਏ ਇਸ ਗੱਲ ਦੀ ਕਿ ਸਥਿਤੀ ਆਏ ਅੱਜ ਪੰਜਾਬ ਭਰ ਚ ਜਥੇਬੰਦੀਆਂ ਵੱਲੋਂ ਫਿਰ ਧਰਨੇ ਮੁਜ਼ਾਹਰੇ ਪ੍ਰਦਰਸ਼ਨ ਸ਼ੁਰੂ ਹੋਏ ਸੋ ਮੈਨੂੰ ਇਹ ਫਿਕਰ ਨ ਮਹਿਸੂਸ ਹੋ ਰਿਹਾ ਕਿ ਦੇ ਵਿੱਚ ਦੋ ਪਹਿਲੂ ਨੇ ਕੰਮਤਾ ਜੀ ਪਹਿਲਾ ਤਾਂ ਖਬਰ ਆਪਾਂ ਸਮਝੀ ਕਿ ਖਬਰ ਕੀ ਆ ਖਬਰ ਜਿੱਥੋਂ ਚਰਚਾ ਚ ਆਈ ਉਹ ਪੰਜਾਬ ਚ ਕਰਜ਼ਈ ਕਿਸਾਨਾਂ ਦੀ ਫੋੜੋਫੜੀ ਸ਼ੁਰੂ ਆ ਕਹਿੰਦੇ ਕਰੀਬ 2000 ਕਿਸਾਨਾਂ ਦੇ ਗ੍ਰਿਫਤਾਰੀ ਬਰੰਡ ਤਿਆਰ ਨੇ ਚਰਚਿਤ ਪੁੱਲਰ ਦੀ ਰਿਪੋਰਟ ਜਿਹੜੇ ਹਮੇਸ਼ਾ ਖੋਜੀ ਪੱਤਰਕਾਰ ਲਈ ਜਾਣੇ ਜਾਂਦੇ ਨੇ ਕਹਿੰਦੇ ਪੰਜਾਬ ਚ ਖੇਤੀ ਵਿਕਾਸ ਬੈਂਕਾਂ ਨੇ ਕਰਜ਼ਈ ਕਿਸਾਨਾਂ ਦੀ ਫੋੜੋਫੜੀ ਸ਼ੁਰੂ ਕਰਤੀ ਆ ਲੰਘੇ ਦੋ ਦਿਨਾਂ ਤੋਂ ਦੋ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਦੋ ਕਿਸਾਨ ਗ੍ਰਿਫਤਾਰ ਕਰ ਲਈ ਸੀ ਹਾਂ ਜਿਨ੍ਹਾਂ ਨੂੰ ਬੈਂਕ ਅਧਿਕਾਰੀਆਂ ਨੇ ਲਿਖਤੀ ਵਾਅਦਾ ਮਿਲਣ ਮਗਰੋਂ ਹੀ ਛੱਡਿਆ ਬੇਸ਼ੱਕ ਕਿਸੇ ਡਿਫਾਲਟਰ ਕਿਸਾਨ ਨੂੰ ਜੇਲ੍ਹ ਤਾਂ ਨਹੀਂ ਭੇਜਿਆ ਪਰ ਪੰਜਾਬ ਚ ਕਰੀਬ 2000 ਡਿਫਾਲਟਰ ਕਿਸਾਨਾਂ ਦੇ ਗ੍ਰਿਫਤਾਰੀ ਬਰੰਡ ਤਿਆਰ ਕੀਤੇ ਗਏ ਨੇ ਇਸ ਤੋਂ ਇਲਾਵਾ ਜ਼ਮੀਨ ਨਿਲਾਮੀ ਦੇ ਕੇਸ ਵੀ ਤਿਆਰ ਨੇ ਜੀ ਇਹਦਾ ਮਤਲਬ ਉਹ ਉਸੇ ਮਸਲੇ ਤੇ ਹੈ ਜਿਵੇਂ ਤਣਕੇਤੀ ਗਣ ਵਾਲਾ ਆਪਾਂ ਕਹਿੰਦੇ ਸੀ ਕਿ ਜ਼ਮੀਨਾਂ ਖੋਣੀਆਂ ਹੁਣ ਇਹ ਬੈਂਕਾਂ ਰਾਂ ਹੀ ਖੋਣੀਆਂ ਕਿ ਜ਼ਮੀਨਾਂ ਨਿਲਾਮ ਕਰਨਗੇ ਕਿਸਾਨਾਂ ਤੋਂ ਜ਼ਮੀਨ ਲੈਣਗੇ ਤੇ ਦੂਸਰੇ ਉਹਨਾਂ ਨੂੰ ਕਰਜ਼ੇ ਦੀ ਡਿਫਾਲਟਰ ਕੇਸ ਕਰਕੇ ਉਹਨਾਂ ਤੋਂ ਵਾਪਸ ਇਸ ਲਈ ਇਹ ਕਵਾਇਦਾ ਇਹ ਕਹਿੰਦੇ ਆ ਜਿਹੜੀ ਖਬਰ ਆ ਰਹੀ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਚ ਕਰੀਬ 500 ਕਿਸਾਨਾਂ ਦੇ ਗ੍ਰਿਫਤਾਰੀ ਬਰੰਡ ਤਿਆਰ ਕੀਤੇ ਗਏ ਇੱਕ ਜ਼ਿਲ੍ਹੇ ਦੇ ਹਵਾਲੇ ਨਾਲ ਗੱਲ ਹੈ ਤਿਆਰ ਕੀਤੇ ਗਏ ਜਿਨ੍ਹਾਂ ਵਿੱਚੋਂ ਕੁਝ ਨਵੇਂ ਨੇ ਤੇ ਬਾਕੀ ਪੁਰਾਣੇ ਬਰੰਡ ਰਿਵਿਊ ਕੀਤੇ ਗਏ ਇਸੇ ਤਰ੍ਹਾਂ ਕਹਿੰਦੇ ਕਿ ਇੱਕ ਫਿਰੋਜ਼ਪੁਰ ਦਾ ਗ੍ਰਿਫਤਾਰੀ ਬਰੰਡ ਦੇ ਆਧਾਰ ਤੇ ਬਸਤੀ ਰਾਮਵਾੜਾ ਦਾ ਕਿਸਾਨ ਬਖਸ਼ੀਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਸਿਰ 11 ਲੱਖ ਦਾ ਕਰਜ਼ਾ ਸੀ ਸਹਾਇਕ ਰਜਿਸਟਰ ਫਿਰੋਜ਼ਪੁਰ ਸਵਰਨਜੀਤ ਨੇ ਦੱਸਿਆ ਕਿ ਬਖਸ਼ੀਕ ਸਿੰਘ ਨੇ ਲਿਖਤੀ ਬਿਆਨ ਦਿੱਤਾ ਕਿ ਇੱਕ ਮਹੀਨੇ ਅੰਦਰ ਮੈਂ ਆਪਣਾ ਖਰਜਾ ਲਾ ਦੂੰਗਾ ਮਸੂਲੀ ਪੂਰੀ ਕਰ ਦੂੰਗਾ ਵਾਦਾ ਕੀਤਾ ਤਾਂ ਕਹਿੰਦੇ ਉਹਨੂੰ ਅਸੀ ਘਰੇ ਜਾਣ ਦਿੱਤਾ ਸਵਾਲੋ ਜੀ ਆ ਰਿਪੋਰਟਾ ਖੇਤੀ ਵਿਕਾਸ ਬੈਂਕ ਜਲਾਲਾਬਾਦ ਵੱਲੋਂ ਕਰੀਬ 400 ਗ੍ਰਿਫਤਾਰੀ ਵਾਰੰਟ ਤਿਆਰ ਕੀਤੇ ਗਏ ਨੇ ਇੱਕ ਬੈਂਕ ਦੀ ਖਬਰ ਹੈ ਜਲਾਲਾਬਾਦ ਦਾ ਜਿਹੜਾ ਖੇਤੀ ਵਿਕਾਸ ਬੈਂਕ ਹੈ ਉਹਨੇ ਕੱਲੇ ਨੇ 400 ਗ੍ਰਿਫਤਾਰੀ ਵਾਰੰਟ ਤਿਆਰ ਕੀਤੇ ਨੇ ਜਿਨ੍ਹਾਂ ਚੋਂ 183 ਨਵੇਂ ਵਾਰੰਟ ਨੇ ਤੇ ਬਾਕੀ ਪੁਰਾਣੇ ਨੇ ਸੋ ਹੁਣ ਕਿਸਾਨ ਸਵਾਲ ਕਰਨਾ ਚਾਹੁੰਦੇ ਨੇ ਕਿ ਕੀ ਆ ਪੰਜਾਬ ਦੇ ਕਿਸਾਨਾਂ ਦੀ ਸਰਕਾਰ ਇੱਕ ਪਾਸੇ ਮੁੱਖ ਮੰਤਰੀ ਦੇ ਘਰ ਮੂਰੇ ਉਹਦੀ ਸੰਗਰੂਰ ਚ ਧਰਨੇ ਲੱਗ ਰਹੇ ਨੇ ਇੱਕ ਪਾਸੇ ਇਹ ਸੰਯੁਕਤ ਸਮਾਜ ਮੋਰਚਾ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਇੱਕ ਪਾਸੇ ਆਕਰਜਈ ਕਿਸਾਨ ਸੋ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਕਾਹਦੇ ਲਈ ਜੁਣੀ ਸੋ ਇੱਕ ਪਹਿਲੂ ਤਾਂ ਆ ਸਾਹਮਣੇ ਆ ਗਿਆ ਕਿ ਸਰਕਾਰ ਕਿਸ ਤਰੀਕੇ ਨਾਲ ਮਤਲਬ ਕਿ ਇੱਕ ਵਾਰ ਇਹ ਕੀ ਆਪਣੇ ਆਪ ਨੂੰ ਕਿਸਾਨਾਂ ਦੀ ਹਤਾਇਸ਼ੀ ਦੱਸਣ ਵਾਲੀ ਕਿਸਾਨ ਦੀ ਸਰਕਾਰ ਹੈ ਇਹ ਸਮਝ ਰਹੀ ਹੈ ਕਮਤਾ ਜੀ ਕਿ ਇਹ ਕਿਸਾਨ ਐਸਐਸਐਮ ਨਾਲ ਸੀ ਹੂੰ ਇੱਕ ਕਿਸਾਨ ਐਸਕੇਮ ਵਾਲੇ ਨੇ ਇਹ ਸਾਡੇ ਵੋਟਰ ਨਹੀਂ ਕਿ ਉਹ ਬਦਲਾਖੋਰੀ ਜਿਵੇਂ ਪਿੰਡਾਂ 'ਚ ਚੱਲਦਾ ਹੁੰਦਾ ਕਿ ਤੈਂ ਕਿਹੜਾ ਮੈਨੂੰ ਵੋਟ ਪਾਈ ਹੂੰ ਸੋ ਕੀ ਉਸ ਨੀਤੀਆਂ ਤੇ ਆ ਗਈ ਜਾਂ ਇਹਦਾ ਦੂਜਾ ਪਹਿਲੂ ਹੈ ਤੁਹਾਡੇ ਧਿਆਨ 'ਚ ਹੋਏਗਾ ਕਿ ਕੈਪਟਨ ਅਮਰਿੰਦਰ ਜੀ ਜਦੋਂ ਸਰਕਾਰ ਆਈ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨ ਕਰਜ਼ਾ ਕਰਕੀ ਖਤਮ ਕਰਾਂਗੇ ਉਹ ਚੋ ਕੁਝ ਮਾਫ਼ ਹੋਏ ਕੁਝ ਨਹੀਂ ਹੋਏ ਪਰ ਉਸ ਸਮੇਂ ਫੜੋ ਫੜੀ ਵਾਲੀ ਨੌਬਤ ਨਹੀਂ ਆਈ ਉਸ ਤੋਂ ਬਾਅਦ ਚੰਨੀ ਆ ਗਏ ਚੰਨੀ ਨੇ ਵੀ ਬੜੇ ਲਵਾਣੇ ਵਾਅਦੇ ਕੀਤੇ ਅਗਲੀ ਵਾਰ ਆਉਂਦੇ ਸੀ ਕਰ ਦਾਂਗੇ ਹੂੰ ਇਹਨਾਂ ਤੋਂ ਜ਼ਿਆਦਾ ਆਸ ਹੀ ਲੋਕਾਂ ਨੂੰ ਲੱਗਾ ਕਿ ਇਹ ਬਦਲਾ ਆਲੇ ਨੇ ਪਰੇ ਅੰਦੋਲਨ ਦੇ ਵਿੱਚੋਂ ਅਸਰ ਨਾਲ ਜਿੱਤੇ ਨੇ ਔਰ ਇਹਨਾਂ ਨੂੰ ਵੀ ਪਤਾ ਕਿ ਸਾਡੀ ਜੱਤ ਇਸ ਦਿਨ ਖੇਤੀ ਕਾਨੂੰਨ ਦੇ ਦੌਰਾਨ ਜਿਹੜਾ ਅੰਦੋਲਨ ਲੜਿਆ ਗਿਆ ਉਹਦੇ ਵਿੱਚ ਜਿਹੜੀ ਲਹਿਰ ਉੱਠੀ ਕਿ ਬਦਲਦੇ ਹੋ ਰਵੈਤੀ ਪਾਰਟੀਆਂ ਨੂੰ ਚੋਸੀ ਆਏ। ਸੋ ਜਾਂ ਤਾਂ ਇਹ ਅਣਜਾਣਪਣਾ ਜਾਂ ਇਹ ਸੁਪਰ ਸੀਐਮ ਦੇ ਹੁਕਮ ਨੇ ਪੰਜਾਬ ਮਹਿਸੂਸ ਕਰਨ ਲੱਗਾ ਕਮਤਾ ਜੀ ਪੰਜਾਬ ਦੇ ਆਵਾਮ ਪੰਜਾਬ ਦੇ ਲੋਕ ਪੰਜਾਬ ਦੇ ਵੋਟਰ ਮਹਿਸੂਸ ਕਰਨ ਲੱਗੇ ਨੇ ਕਿ ਭਗਵੰਤ ਮਾਨ ਉਹਰਾ ਦਾ ਹਰਾ ਪੈਨ ਹੁਣ ਦਿੱਲੀ ਚ ਲਾ ਰਹੀ ਆ। ਉਹ ਰਾਗਬ ਚੱਡਾ ਚਲਾ ਰਹੇ ਨੇ ਜਾਂ ਅਰਵਿੰਦ ਕੇਜਰੀਵਾਲ ਚਲਾ ਰਹੇ ਨੇ ਪੰਜਾਬੀ ਮਹਿਸੂਸ ਕਰਨ ਲੱਗਾ ਕਦੇ ਅਫਸਰ ਦਿੱਲੀ ਜਾਂਦੇ ਨੇ ਕਦੇ ਪੁਲਿਸ ਦਿੱਲੀ ਜਾਂਦੀ ਆ ਹਾਂ ਕਦੇ ਮੁੱਖ ਮੰਤਰੀ ਸਾਹਿਬ ਦਿੱਲੀ ਜਾਂਦੇ ਨੇ ਸੋ ਲਗਾਤਾਰ ਜਿਹੜਾ ਕੇਜਰੀਵਾਲ ਮੁਰੇ ਸਲਾਮ ਠੋਕਣ ਜਾਣ ਲੱਗੇ ਉਸ ਨੇ ਕਿਤੇ ਸੰਕੇਤ ਪੈਦਾ ਕਰਤੇ ਕਿ ਭਾਈ ਸਰਕਾਰ ਨੂੰ ਹੁਣ ਦਿੱਲੀ ਚਲਾਉਣ ਲੱਗੀ ਆ ਸੁਪਰ ਸੀਐਮ ਚਲਾਉਣ ਲੱਗਾ ਦੂਸਰਾ ਇਸ ਲਈ ਜਾਂ ਤਾਂ ਮੁੱਖ ਮੰਤਰੀ ਦੇ ਬਸ 'ਚ ਨਹੀਂ ਗਾ ਉਹ ਕਰ ਨਹੀਂ 파ਰੇ ਠੀਕ ਜਾਂ ਸਰਕਾਰ ਦਾ ਇੱਕ ਅਗਲਾ ਦਾਅ ਹੈ ਕਿ 2023 ਤੱਕ ਇੰਨਾ ਦਬਾਅ ਬਣਾ ਦਿਓ ਕਿ ਕਿਸਾਨਾਂ ਨੂੰ ਲੱਗੇ ਲੈ ਵੀ ਸਾਡੀ ਜ਼ਮੀਨ ਗਈ ਹੂੰ ਲੈ ਵੀ ਸਾਡੇ ਘਰ ਦੇ ਮੈਂਬਰ ਗਏ ਕਿਸੇ ਨੂੰ ਜੇਲ੍ਹ ਸਿੱਟ ਦੇਣਗੇ ਕਿਸੇ ਦੀ ਜ਼ਮੀਨ ਨਲਾਮ ਹੋ ਜੂਗੀ ਸਾਰੇ ਪਾਸੇ ਉਹ ਦਬਾਅ ਬਣਾਓ ਫਿਰ 24 ਦੀਆਂ ਐਮਪੀ ਚੋਣਾਂ ਤੋਂ ਪਹਿਲਾਂ ਫਿਰ ਰਾਹਤ ਦਿਓ ਬੜਾ ਰਾਹਤ ਦਿਓ ਹੂੰ ਤਾਂ ਕਿ ਕਿਸਾਨ ਫਿਰ ਪੁਰਾਣੀਆਂ ਪੀੜਾਂ ਭੁੱਲ ਜਾਣ ਫਿਰ ਬਾਗੋ ਬਾਗ ਹੋ ਜਾਣ ਫਿਰ ਸਾਡਾ ਢੋਲ ਵਜਾਉਣ ਫਿਰ ਝਾੜੂ ਵਾਲਾ ਝੰਡਾ ਚੱਕਣ ਸੋ ਕੀ ਇਹ ਰਾਜਨੀਤਿਕ ਦਾ ਹੈ ਜੋ ਵੀ ਹੈ ਦੋਏ ਤਰੀਕੇ ਗਲਤ ਨੇ